ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਈ ਕਿਹਨੇ ਵੀ 10ਵੀਂ ਦਾ ਜਾਂ 12ਵੀਂ ਦਾ ਸਰਟੀਫਿਕੇਟ ਲੈਣਾ ਹੋਏ ਪੰਜਾਬ ਬੋਰਡ ਐਜੂਕੇਸ਼ਨ ਤੋਂ ਮੋਹਾਲੀ ਤਾਂ ਪਹਿਲਾਂ ਤਾਂ ਤੁਸੀਂ ਔਨਲਾਈਨ ਫੀਸ ਜ਼ਰੂਰ ਭਰ ਕੇ ਆਓ ਆਪਦੀ, ਮਤਲਬ ਕਿ ਜਿੱਦੇ ਆਪਾਂ ਔਨਲਾਈਨ ਫੀਸ ਭਰਤੀ ਇਹਦੂ ਹਫ਼ਤੇ ਬਾਅਦ ਸਰਟੀਫਿਕੇਟ ਲੈਣ ਲਈ ਮੋਹਾਲੀ ਆਓ ਜੇ ਤੁਹਾਨੂੰ ਕੋਈ ਐਮਰਜੈਂਸੀ ਆ, ਅਤੇ ਨਹੀਂ 20-25 ਦਿਨਾਂ 'ਚ ਘਰ ਵੀ ਆ ਜਾਂਦਾ ਇਹ ਪੋਸਟ ਰਾਹੀਂ ਡਾਕ ਰਾਹੀਂ। ਅਤੇ ਪਰ ਕਿਹਨੂੰ ਐਮਰਜੈਂਸੀ ਚਾਹੀਦੀ ਹੈ ਨਾ, ਜਾਂ ਕਿਸੇ ਨੇ ਕੋਈ ਫਾਈਲ ਅਪਲਾਈ ਕਰਨੀ ਹੈ ਕਿਸੇ ਕੰਸਲਟੈਂਟ ਕੋਲ, ਜਾਂ ਕਿਸੇ ਨੇ ਕੋਈ ਵੀ ਸਰਕਾਰੀ ਕੰਮ ਲਈ ਚਾਹੀਦਾ ਗਾ ਛੇਤੀ ਐਮਰਜੈਂਸੀ ਲਈ ਆਉਣਾ ਹੈ ਨਾ, ਵੀ 20 ਦਿਨਾਂ ਤੋਂ ਹੀ ਪਹਿਲਾਂ ਆਉਣਾ ਗਾ, ਅਤੇ ਫਿਰ ਤੁਸੀਂ ਮੋਹਾਲੀ ਆ ਕੇ ਲੈ ਕੇ ਜਾ ਸਕਦੇ ਹੋ ਸਰਟੀਫਿਕੇਟ। ਅਤੇ ਪਹਿਲੀ ਗੱਲ, ਜੇ ਤੁਸੀਂ 2 ਜਾਂ 3 ਦਿਨਾਂ ਦੇ ਅੰਦਰ ਅੰਦਰ ਲੈ ਕੇ ਜਾਣਾ ਸਰਟੀਫਿਕੇਟ, ਤਾਂ ਤੁਹਾਡੇ ਕੋਲ ਕੋਈ ਰੀਜ਼ਨ ਚਾਹੀਦਾ ਤੁਹਾਨੂੰ, ਵੀ ਕੋਈ ਵੀ ਤੁਹਾਨੂੰ ਉਹਨੂੰ ਸਬੂਤ ਦੇਣਾ ਪਊ, ਪਰੂਫ ਦੇਣਾ ਪਊਗਾ ਵੀ ਸਾਨੂੰ ਕਿਉਂ ਚਾਹੀਦਾ ਗਾ। ਤਾਂ ਕਰਕੇ ਬਾਈ ਉਹਨਾਂ ਜ਼ਿਆਦਾ ਤੋਂ ਜ਼ਿਆਦਾ ਪਰੂਫ ਲੈ ਕੇ ਆਓ ਜੇ 3 ਦਿਨ ਆਉਣਾ, ਨਹੀਂ ਤੁਹਾਨੂੰ ਹਫ਼ਤੇ ਬਾਅਦ ਆਓ ਕਿਤੇ ਫੀਸ ਭਰਤੀ ਤੋਂ ਹਫ਼ਤਾ ਟਪਾ ਕੇ ਫਿਰ ਸਰਟੀਫਿਕੇਟ ਲੈਣ ਆਓ, ਠੀਕ ਹੈ ਜੀ। ਅਤੇ ਹੁਣ ਆਪਾਂ ਵੇਟ ਕਰੀ ਜਾਂਦੇ ਹਾਂ ਪਹਿਲੀ ਗੱਲ। ਅਤੇ ਇੱਕ ਇਹਨਾਂ ਦਾ ਸਿਸਟਮ ਹੁੰਦਾ ਵੀ 10-11 ਵਜੇ ਦੇ ਅੰਦਰ ਅੰਦਰ ਹੈ ਨਾ, 10 ਵਜੇ ਤੋਂ ਪਹਿਲਾਂ ਕੋਸ਼ਿਸ਼ ਕਰਿਓ ਵੀ ਤੁਸੀਂ ਆਪਦੀ ਕਿਹੜੀ ਤੁਹਾਡੇ ਕੋਲ ਰਸੀਦ ਹੁੰਦੀ ਇੱਕ ਤਾਂ ਉਹ ਨਾਲ ਲਿਆਇਓ, ਕਿਉਂ ਤੁਸੀਂ ਉਹ ਜਮ੍ਹਾਂ ਕਰਾਤੀ ਇੱਥੇ। ਇੱਦੂ ਬਾਅਦ ਤੁਹਾਨੂੰ 4 ਤੋਂ 4:30 ਦੇ ਅੰਦਰ ਅੰਦਰ ਸਰਟੀਫਿਕੇਟ ਵੰਡਣਗੇ। ਬਾਕੀ ਇੱਦੂ ਬਾਅਦ ਮੈਂ ਦੇਖਦਾ ਕਦੋਂ ਆਪਾਂ ਨੂੰ ਸਰਟੀਫਿਕੇਟ ਦਿੱਤਾ, ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ। ਅਤੇ ਸਰਟੀਫਿਕੇਟ 4 ਵਜੇ ਦਿੰਦੇ, ਇੱਦੂ ਪਹਿਲਾਂ ਸਰਟੀਫਿਕੇਟ ਨਹੀਂ ਦਿੰਦੇ ਇਹ। ਅਤੇ ਬਾਕੀ ਤੁਹਾਨੂੰ ਆਪਣੇ ਸਰਕਾਰੀ ਕੰਮ ਦਾ ਪਤਾ ਹੀ ਆ ਕਿੰਨਾ ਖੱਜਲ ਖੁਆਲ ਹੋਣਾ ਪੈਂਦਾ ਆਪਾਂ ਨੂੰ, ਠੀਕ ਹੈ ਬਾਈ ਜੀ।